ਤੁਸੀਂ ਕੌਣ ਹੋ ਜੀ? ਮੈਂ ਮਾਤਾ ਜੀ। ਮਾਤਾ ਜੀ, ਹਾਂਜੀ। ਕਿੱਥੇ ਆਵੇ ਮੁੰਡਾ? ਹਾਂਜੀ, ਕੀ ਕੀ ਨਾਮ ਹੈ ਮਾਤਾ ਜੀ? ਬੀਰਪਾਲ ਕੌਰ ਜੀ। ਅੱਛਾ ਜੀ, ਇਹ ਕਿੱਥੇ ਨਾਮ ਹੈ ਲੱਗਦਾ? ਬੀਰਪਾਲ ਕੌਰ ਜੀ। ਇੱਧਰ ਦੇਖੋ, ਇੱਧਰ ਇੱਧਰ ਦੇਖ ਕੇ ਗੱਲ ਕਰੋ। ਕਿਵੇਂ ਦੇਖਦੇ ਹੋ ਜੀ, ਕਿਉਂਕਿ ਤੁਸੀਂ ਇੱਥੇ ਆਏ ਹੋ ਜੀ ਹੁਣ? ਹਾਂਜੀ, ਇੱਥੇ ਆਏ ਆ। ਇਹ ਮੇਰਾ ਲੜਕਾ ਹੈਗਾ ਵੀ ਪਰਸੋਂ ਦਾ ਸ਼ੁਭਦੀਪ ਕਰਨ ਖਨੌਲੀ ਬਾਰਡਰ ਤੇ ਉਹ ਹੋ ਗਿਆ ਜੀ, ਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਹੈ। ਹਾਂਜੀ, ਮਾਂ ਮੈਂ ਹੈਗੀ ਹਾਂ, ਸੱਚਮੁੱਚ ਖੜੀ ਹਾਂ ਸਾਹਮਣੇ। ਮੈਂ ਆਪਣੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ। ਨਹੀਂ ਜੀ, ਮੈਂ ਜਿਉਂਦੀ ਹਾਂ, ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ, ਵੀ ਮੈਂ ਜਿਉਂਦੀ ਖੜੀ ਹਾਂ। ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜੀ, ਮੈਂ ਮਾਂ ਹੈਗੀ ਹਾਂ। ਇਹ ਬਿਆਨ ਆਏ ਸੀ ਜੀ, ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ, ਇਹ ਆਪ ਬਲੈਕ ਕਰਦੇ ਸੀ ਜੀ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ, ਮੈਂ ਬਾਗੀ ਸੀ ਜੀ ਛੱਡ ਕੇ। ਅਤੇ ਮੁੜ ਕੇ ਮੁੰਡਾ, ਵੱਡੀ ਕੁੜੀ ਮੇਰੇ ਨਾਲ ਫੋਨ 'ਤੇ ਸੰਪਰਕ ਕਰਦੇ ਆ ਜੀ। ਮੁੰਡਾ ਜਿੱਦਾਂ ਦਿੱਲੀ ਗਿਆ, ਉਹਦੇ ਵੀ ਫੋਨ ਇਹਨੇ ਕਰਕੇ ਗਿਆ ਵੀ ਮਾਤਾ ਮੈਂ ਜਾਣਾ। ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ, ਉਹ ਨਹੀਂ ਰੁਕਿਆ ਜੀ। ਤੁਹਾਡੇ ਨਾਲ ਰਹਿੰਦਾ ਸੀਗਾ ਜੀ? ਨਹੀਂ ਜੀ, ਨਾਲ ਨਹੀਂ ਸੀ, ਪਾਸੇ ਰਹਿੰਦਾ ਸੀ। ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹਿ ਰਹੇ ਹੋ? 12-13 ਸਾਲ ਤੋਂ ਅਲੱਗ ਰਹਿ ਰਹੇ ਹਾਂ ਜੀ। ਅੱਜ ਸਾਨੂੰ ਜਦੋਂ ਅਸੀਂ ਐਂ ਸੁਣਿਆ, ਫਿਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ, ਜਿਉਂਦੀ ਹਾਂ। ਅੱਜ ਐਂ ਨਿਕਲਿਆ ਜੀ, ਪਰਸੋਂ ਜਿਹੜਾ ਆਥਣੇ ਬਿਆਨ ਹੋਇਆ ਸੀ, ਪੱਤਰਕਾਰ ਦਾ ਨਾਂ ਭੁੱਲ ਗਈ ਜੀ, ਉਹਨੂੰ ਮੈਂ ਪਰਸੋਂ ਰਾਤ ਹੀ ਫੋਨ ਲਾਈ ਜਾਂਦੀ, ਉਹਨੇ ਮੇਰਾ ਫੋਨ ਨਹੀਂ ਚੱਕ ਰਿਹਾ। ਤੁਹਾਨੂੰ ਤਾਂ ਪਤਾ ਲੱਗ ਗਿਆ ਹੋਣਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ। ਤੁਸੀਂ ਪਹਿਲਾਂ ਕਿਉਂ ਨਹੀਂ ਪਹੁੰਚੇ? ਪਹਿਲੇ ਦਿਨ ਹੀ ਲੱਗੇ ਤੁਹਾਨੂੰ? ਪਹਿਲਾਂ ਜੀ ਇਹ ਪ੍ਰੈਸ਼ਰ 'ਚ ਸੀ, ਪ੍ਰੈਸ਼ਰ 'ਚ ਸੀ ਮੈਂ ਜੀ। ਤੋਂ ਹੋਰ ਸੀ ਪਾਲਣ ਪੋਸ਼ਣ ਕੀਤਾ ਜੀ ਮੁੰਡੇ ਦਾ? ਹਾਂ ਜੀ। ਕਿੰਨੇ ਟਾਈਮ ਤੱਕ ਪਾਲਣ ਪੋਸ਼ਣ ਕੀਤਾ ਮੁੰਡੇ ਦਾ? ਇਹਨਾਂ ਦਾ ਮੈਂ 8-9 ਸਾਲ ਪਹਿਲਾਂ, 9 ਮਹੀਨੇ ਦਾ ਮੈਂ ਢਿੱਡ 'ਚ ਰੱਖਿਆ ਵੀਰੇ ਇਹ। ਉਸ ਤੋਂ ਬਾਅਦ ਫਿਰ ਸਕੂਲ ਵੀ ਲੱਗਿਆ, ਪੱਖੋਂ ਪੜ੍ਹਨ ਲੱਗਿਆ। ਇਹਦੇ ਜਿਹੜਾ ਪਾਲਣ ਪਲੋਸਣ ਕਰਦੇ ਸੀ, ਦਾਦਾ ਤੇ ਦਾਦੀ ਸੀ, ਉਹ ਮਰ ਗਏ ਸੀ, ਮਰ ਚੁੱਕੇ ਸੀ। ਚਾਚਾ ਸੀ ਕਹਿੰਦੇ ਉਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ? ਨਹੀਂ ਜੀ, ਨਹੀਂ ਕਰਾਇਆ ਉਹਨਾਂ ਦਾ ਪਿਤਾ ਹੈ ਨਹੀਂ ਦੂਜੇ ਵਿਆਹ ਦਾ। ਇੰਨੀ ਦੇਰ ਕਿੱਥੇ ਰਹਿੰਦੇ ਰਹੇ? ਇੰਨੀ ਦੇਰ ਜੀ ਪਹਿਲਾਂ 4 ਸਾਲ ਸਾਡੇ ਕੋਲੇ ਰਹੇ, ਉਸ ਤੋਂ ਬਾਅਦ ਅਸੀਂ ਇਹਦਾ ਵਿਆਹ ਕਰ ਲਿਓ। ਨਹੀਂ, ਉਹਨਾਂ ਨੂੰ ਪੁੱਛਣ ਦਿਓ ਜਰਾ। ਹਾਂ ਜੀ, ਮੇਰਾ ਵਿਆਹ ਦੂਜਾ ਕਰਤਾ ਇਹਨਾਂ ਨੇ ਸਾਡੇ ਨਾਲ। ਕੋਈ ਹੈਗੇ ਤੁਹਾਨੂੰ ਬੱਚੇ? ਹਾਂ ਜੀ ਹੈਗੇ ਆ ਜੀ। ਤੁਹਾਡੇ ਬੱਚੇ ਨੇ ਤੁਹਾਨੂੰ? ਦੋ ਗੁੜੀਆਂ ਜੀ। ਮਤਲਬ ਦੋ ਗੁੱਡੀਆਂ ਜਿਹੜੀਆਂ ਨੇ, ਇੱਕ ਮੈਰਿਡ ਵੀ ਹੈ ਲੜਕੀ? ਨਹੀਂ ਜੀ, ਮੇਰੀਆਂ ਦੋਨੇ ਇੱਥੇ ਆ ਜਿਹੜੀਆਂ, ਦੋਨੇ ਛੋਟੀਆਂ। ਉਹ ਇੱਕ ਵਿਆਹੀ ਹੋਈ ਆ ਜੀ, ਇੱਕ ਕੁਮਾਰੀ ਆ ਜੀ। ਸ਼ੁਭਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀਗਾ? ਇਹ 12-13 ਸਾਲ ਤੋਂ ਨਹੀਂ ਰਹਿੰਦਾ ਜੀ। ਕਿੱਥੇ ਰਹਿੰਦਾ ਸੀਗਾ? ਇਹ ਆਪਦੇ ਪਿੰਡ ਹੀ ਰਹਿੰਦਾ ਸੀ, ਕਿਤੇ ਵਗ ਗਿਆ, ਕਿਤੇ ਪਿੰਡ ਆ ਗਿਆ, ਕਿਤੇ ਪਿੰਡ ਰਹੇ। ਤੁਸੀਂ ਕਿੱਥੇ ਰਹਿੰਦੇ ਸੀ? ਮੈਂ ਵਿਆਹੀ ਵੀ ਆ ਜੀ, ਆਪਦੇ ਸਹੁਰੀ ਰਹਿੰਦੀ ਸੀ। ਪਰਸੋਂ ਜਦੋਂ ਵੀ ਕਿਸੇ ਨੇ ਤੁਹਾਡੀ ਰੀ ਮੈਰਿਜ ਹੋਈ ਨਹੀਂ? ਹੋਈ ਵੀ ਆ ਜੀ। ਅੱਛਾ, ਦੁਬਾਰਾ ਮੈਰਿਜ? ਹਾਂਜੀ 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 ਜੀ ਜੀ। ਹੁਣ ਤੁਸੀਂ ਮਾਂ ਹੋਣ ਦੇ ਨਾਤੇ ਕੀ ਚਾਹੁੰਦੇ ਹੋ ਜੀ? ਮੈਂ ਮਾਂ ਨਾਂ ਐਂ ਚਾਹੁੰਦੀ ਹਾਂ ਜੀ, ਵੀ ਜੋ ਮੈਨੂੰ ਮਰੀ ਚਾਹੁੰਦਾ ਹੈ ਵੀ ਉਹ ਮੈਂ ਮਰੀ ਨਹੀਂ, ਮੈਂ ਸੱਚਮੁੱਚ ਸਾਹਮਣੇ ਖੜੀ ਹਾਂ ਜੀ। ਨਹੀਂ, ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ? ਮੁੰਡੇ ਦਾ ਵੀ ਹੋਇਆ ਜੀ, ਮੁੰਡੇ ਦੀ ਮਿੱਟੀ ਬਲੀਤ ਕਰਦੇ ਆ ਵਿਚਾਰੇ ਦੀ, ਉਹਦਾ ਸੰਸਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ? ਤੇ ਤੁਸੀਂ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ? ਨਹੀਂ ਜੀ, ਮੈਂ ਹੁਣ ਕਾਸੇ ਦੀ ਮੰਗ ਨਹੀਂ ਕਰਦੀ, ਹੋਰ ਕਈ ਵਾਰ ਨਹੀਂ ਕਰਦੀ। ਉਹ ਕਹਿੰਦੇ ਨੇ ਸਾਡੀਆਂ ਮੰਗਾਂ ਜਦ ਤੱਕ ਪੂਰੀਆਂ ਨਹੀਂ ਹੁੰਦੀਆਂ, ਅਸੀਂ ਨਾ ਸੰਸਕਾਰ ਹੋਣ ਦੀ ਨਾ। ਨਹੀਂ ਜੀ, ਮੇਰੇ ਕਿੰਨੀਆਂ ਕੋਈ ਕਾਰਵਾਈ ਦੀ ਮੰਗ ਨਹੀਂ। ਚਾਚੇ ਨੇ ਜੋ ਲਿਖ ਕੇ ਦਿੱਤਾ, ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ, ਹੁਣ ਉਹਦਾ ਪਾਲਣ ਪੋਸ਼ਣ ਉਹ ਕਰ ਰਹੇ ਨੇ, ਤਾਂ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੀ? ਹਾਂਜੀ, ਉਹੀ ਸੀ। ਤੁਸੀਂ ਤਾਂ ਛੱਡ ਕੇ ਚਲੇ ਗਏ ਹੋ? ਨਹੀਂ ਜੀ, ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ, ਇਹ ਮੇਰੇ ਨਾਲ ਫੋਨ ਤੇ ਹੈਗਾ ਸੀ ਜੀ, ਫੋਨ ਰੋਜ਼ ਲਾਉਂਦਾ ਸੀ ਮੈਨੂੰ, ਘਰੇ ਨਹੀਂ ਪੜਨ ਦੇ ਰਹੇ ਮੇਰੇ ਨਾਲ ਵੀ। ਤੁਸੀਂ ਹੁਣ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਬਲੀਤ ਹੋ ਰਹੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਏ ਹੋ? ਨਹੀਂ ਜੀ, ਮੈਂ ਤਾਂ ਉਹਦੀ ਮਾਤਾ ਹਾਂ, ਉਹਨੂੰ ਤੁਹਾਡਾ ਬੇਟਾ ਇੱਕ ਸ਼ਹੀਦ ਵਾਂਗੂ ਹੋਇਆ ਹੈਗਾ, ਗੋਲੀ ਲੱਗੀ ਹੈਗੀ ਉਹਦੇ, ਤੇ ਉਦੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀਸ ਸਮਝਦੇ ਹੋ ਜੇ ਜਥੇਬੰਦੀ ਉਹਦੇ ਹੱਕ 'ਚ ਖੜੀਆਂ ਨੇਗੀਆਂ, ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ, ਤੁਸੀਂ ਉਹਨੂੰ ਮਿੱਟੀ ਪਲੀਸ ਸਮਝ ਰਹੇ ਹੋ? ਨਹੀਂ, ਮੈਂ ਕਹਿੰਦੀ ਵੀ ਚੱਲ ਵਿਚਾਰੇ ਦਾ ਸੰਸਕਾਰ ਹੋ ਜੇ, ਟਾਈਮ ਨਾ ਕਾਹ ਤੇ ਰੋਲਿਆ ਜਾਂਦਾ। ਅੱਛਾ, ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ?
ਮੈਂ ਮੋਬਾਈਲ ਤੇ ਵੇਖਿਆ ਸੀ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਦੀ ਆਪ ਆਏ ਹਾਂ ਜੀ ਮਾਤਾ ਜੀ ਕਿਹਦੇ ਨਾਲ ਆਏ ਹੋ ਤੁਸੀਂ ਇੱਥੇ ਅਸੀਂ ਗੱਡੀ ਤੇ ਆਏ ਹਾਂ ਜੀ ਕਿਰਾਏ ਤੇ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਜੀ ਅਸੀਂ ਮਹਾਰਾਜ ਹਿੰਮਤਪੁਰੇ ਕੋਠੇ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੀਆਂ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹਿ ਰਹੇ ਨੇ ਫਿਰ ਤੁਸੀਂ ਅਲੱਗ ਰਹਿ ਰਹੇ ਹੋ ਹਾਂਜੀ ਮੈਂ ਤਾਂ ਫਿਰ ਅਲੱਗ ਰਹਿਣਾ ਹੈ ਜੀ ਜਦੋਂ ਭੈਣ ਇੱਕ ਵਿਆਹੀ ਹੈ ਜੀ ਪਿਓ ਡਰਾਈਵਰ ਹੀ ਨਹੀਂ ਨਹੀਂ ਦੋ ਭੈਣ ਭਰਾ ਇੱਕ ਮਾਰੇ ਸੀ ਛੋਟੀ ਭੈਣ ਨਹੀਂ ਜੀ ਸਾਡੇ ਕੋਲ ਇੱਧਰ ਨਾਨਕੀ ਆਉਂਦਾ ਸੀ ਮੇਰੇ ਕੋਲ ਦਸ ਦਸ ਦਿਨ ਲੱਗ ਜਾਂਦਾ ਸੀ ਜੀ ਰਹਿੰਦਾ ਸੀ ਕੁੜੀ ਵੱਡੀ ਆਉਂਦੀ ਜਾਂਦੀ ਹੈ ਨਹੀਂ ਜੀ ਛੋਟੀ ਨਹੀਂ ਕੁੜੀ ਨਹੀਂ ਆਈ ਵੀਰੇ ਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਹੀ ਨਹੀਂ ਰਿਹਾ ਹੈਗਾ ਜੀ ਜਦੋਂ ਮਰਜ਼ੀ ਫੋਨਾਂ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਤੁਹਾਡੇ ਨਾਲ ਕਿਉਂ ਨਹੀਂ ਆਈ ਵੱਡੀ ਆਉਂਦੀ ਰਹੀ ਹੈ ਛੋਟੀ ਨੇ ਆਪਾਂ ਐਵੇਂ ਗੱਪ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਸਰਚਾ ਜੀ ਵੱਡੀ ਆਪਦੇ ਸੌਰੀ ਅੱਛਾ ਜਿਹੜੀ ਕੋਈ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਜੀ ਕੋਈ ਨਹੀਂ ਰਹਿੰਦਾ ਬਸ ਠੀਕ ਹੈ ਹੁਣ ਕੀ ਮੰਗਿਆ ਸਰਕਾਰ ਤੁਸੀਂ ਕੀ ਜੇ ਲਾਸਟ ਦੱਸੋ ਇਹ ਕਰਨ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਹਾਂ ਮੂੰਹ ਵੇਖਣ ਆਏ ਸੀ ਮੂੰਹ ਵੇਖਣ ਆਏ ਸੀ ਜੀ ਮੁੰਡੇ ਦਾ ਬਾਕੀ ਉਹਦੀ ਲਾਸ਼ ਨਾ ਉਹ ਹੋਵੇ ਉਹਨੂੰ ਸ਼ਹੀਦੀ ਉਹ ਦਿੱਤਾ ਜਾਵੇ ਹੋਰ ਮਾਮਾ ਦੇ ਪੁੱਤ ਵੀ ਮੁੜੇ ਆਉਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਣ ਕਮਾ ਵਾਲਾ ਬੈਠਾ ਦੂਜੀ ਸ਼ਾਦੀ ਤੇ ਤੁਹਾਡੇ ਕਿੰਨੇ ਬੱਚੇ ਨੇ ਦੋ ਜੀ ਦੋ ਹਾਂਜੀ ਲੜਕੇ ਲੜਕੀ ਤੁਹਾਡੇ ਦੋ ਕੁੜੀਆਂ ਜੀ ਦੋ ਕੁੜੀਆਂ ਉਹ ਹਸਬੰਡ ਨਾਲ ਆਏ ਨੇ ਅੱਜ ਤੁਹਾਡੇ ਨਹੀਂ ਜੀ ਉਹ ਤਾਂ ਅਗਲੇ ਕਿਉਂ ਆਉਂਦੇ ਨੇ ਜੀ ਉਹਨਾਂ ਦਾ ਕੀ ਕਹਿਣਾ ਇਹਦੇ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸ ਕੇ ਆਏ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ ਮੈਂ ਕਰੀ ਨਹੀਂ ਉਹਨਾਂ ਦੀ ਨਾ ਹੋਣ ਇਹਨਾਂ ਦੀ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਦੇ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਸੌਰੀ ਰਹਿੰਦੇ ਉਹਨਾਂ ਦੇ ਨਹੀਂ ਜੀ ਮੈਂ ਉਹਦੇ ਪਿੰਡ ਦੇ ਹੀ ਮੈਨੂੰ ਲੈ ਕੇ ਆਏ ਸੀ ਕੱਲ ਜਦੋਂ ਪਤਾ ਲੱਗ ਗਿਆ ਦੱਸਰੇ ਨੂੰ ਵੀ ਤੁਹਾਨੂੰ ਇੰਨਾ ਪਤਾ ਇਹਨਾਂ ਦੇ ਬਾਰੇ ਮੈਂ ਇਹਦੀ ਧੀ ਆ ਮੈਂ ਉਹ ਕੀਤੀ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਉਹ ਨਹੀਂ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲਿਖ ਕੇ ਦੇਤਾ ਵੀ ਤੂੰ ਕਿਉਂ ਖੱਜਲ ਖਵਾਰ ਹੋਈ ਆ ਕੁੜੀ ਨੂੰ ਵਿਆਹ ਸ਼ੁਭ ਕਰਨ ਦੇ ਪਿਤਾ ਜੀ ਨਾਲ ਤੁਹਾਡਾ ਤਲਾਕ ਹੋਇਆ ਜਾਂ ਪੰਚਾਇਤੀ ਤਲਾਕ ਹੋਇਆ ਜਾਂ ਕੋਰਟ ਦੇ ਵਿੱਚ ਉਹਦੇ ਨਾਲ ਤਾਂ ਕੁਝ ਨਹੀਂ ਕੀਤਾ ਜੀ ਇਹਨਾਂ ਨੂੰ ਬੋਲਣ ਦੋ ਨਾ ਤਰੀਕ ਤੇ ਨਹੀਂ ਮਾਤਾ ਜੀ ਤੁਸੀਂ ਜ਼ਿਆਦਾ ਬੋਲਦੇ ਹੋ ਪੁੱਛਣਾ ਸੀ ਉਹਨਾਂ ਨੇ ਤਾਂ ਉਹਨਾਂ ਨੇ ਵਕੀਲ ਸਾਹਿਬ ਨੇ ਜੀ ਜੱਜ ਨੇ ਇੱਕ ਤਰਫਾ ਕਰਤਾ ਉਹ ਤਰੀਕਾਂ ਤੇ ਨਹੀਂ ਗਏ ਜੀ ਅੱਛਾ ਉਹ ਕਹਿੰਦੇ ਵੀ ਸਾਡੇ ਕਿੰਨੇ ਆ ਵੀ ਇਹਨੂੰ ਤੁਸੀਂ ਇਹਨਾਂ ਨੂੰ ਮਤਲਬ ਕੋਰਟ ਨੇ ਤੁਹਾਡੇ ਫੇਵਰ ਦੇ ਵਿੱਚ ਐਕਸਪਰਟੀ ਡਾਈਵੋਰਸ ਦਿੱਤਾ